ਜਿਨ੍ਹਾਂ ਨੇ ਹੈਟ੍ਰਿਕ ਮਾਰ ਕੇ ਫਤਿਹ ਦਾ ਪਰਚਮ ਲਹਿਰਾਇਆ। ਉਹ ਗੱਲ ਇਹ ਹੈ ਕਿ ਲੋਕ ਲਗਾਤਾਰ ਮਾਨਸਾ ਨੂੰ ਦੇਖਦੇ ਨੇ ਔਰ ਇੰਨੀ ਗਰਮੀ 'ਚ ਦੇਖੋ ਹਰ ਪ੍ਰੋਗਰਾਮ 'ਚ ਲੋਕ ਵੱਧੋ ਵੱਧ ਹੋ ਰਹੇ। ਜਿੱਥੋਂ ਤੱਕ ਏਜੰਡੇ ਦੀ ਗੱਲ ਹੈ, ਆਪਾਂ ਨਾ ਜੀ ਇੱਕ ਤਾਂ ਕੀੜੀ ਪਤਣ ਵਾਲਾ ਪੁੱਲ, ਇੱਕ ਮਖੌੜਾ ਪਤਣ ਵਾਲਾ ਪੁੱਲ ਸਭ ਤੋਂ ਪਹਿਲਾਂ ਸ਼ੁਰੂ ਕਰਾਂਗੇ। ਤੀਸਰਾ ਇਹ ਹੈ ਕਿ ਆਪਾਂ ਇੱਕ ਵਧੀਆ ਜਿਹਾ ਹੋਸਪਿਟਲ ਜਿੱਦਾਂ ਏਮਸ ਆ ਜਾਂ PGI ਹੈ, ਉੱਦਾਂ ਦਾ ਹੋਸਪਿਟਲ ਜਿਹੜਾ ਆ ਪਠਾਨਕੋਟ ਲੋਕ ਸਭਾ ਗੁਰਦਾਸਪੁਰ ਦੇ ਲਿਆਉਣਾ। ਔਰ ਇਹ ਚੁਣਾਵ ਭਾਰਤੀ ਜਨਤਾ ਪਾਰਟੀ ਇਤਿਹਾਸਿਕ ਜਿੱਤ ਨਾਲ ਜਿੱਤ ਹਾਸਲ ਕਰੇਗੀ ਔਰ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਲੋਕਾਂ 'ਚ ਉਤਸ਼ਾਹ ਹੈਗਾ। ਮੈਂ ਤੁਹਾਡੇ ਮਾਧਿਅਮ ਗੱਲ ਕਰਨਾ ਚਾਹੁੰਦਾ ਕਿ ਮੰਤਰੀ ਜੀ ਠੀਕ ਆਪਣੇ ਆਪ ਠੀਕ ਕਰ ਲੈਣ, ਚੁਣਾਵ ਨੂੰ ਚੁਣਾਵ ਦੀ ਤਰ੍ਹਾਂ ਲੜਨ ਔਰ ਗਲਤ ਫਹਿਮੀ ਨਾ ਰਹਿਣ ਵੀ ਜਾਂ ਕਹਿੰਦੇ ਝੰਡੇ ਲਾ ਲਓ ਜੀ, ਗਲਤ ਫਹਿਮੀ 'ਚ ਨਾ ਰਹਿਣ ਵੀ ਉਹ ਆਪਣੇ ਪੁਲਿਸ ਦੇ ਜ਼ੋਰ ਵੋਟਾਂ ਪਵਾ ਲੈਣ, ਤੇਰੀ ਕਟਾਰੂ ਚੱਕ ਆਪਣੇ ਨਾ ਜੀ ਉਹ ਰਹਿਣ, ਧਿਆਨ ਰੱਖਣ ਇਸ ਗੱਲ ਦਾ ਵੀ ਜੇ ਮੰਤਰੀ ਨੇ ਲੋਕਾਂ ਨੇ ਬਣਾਇਆ ਨਾ ਜੀ ਬੜਾ ਮਾਣ ਸਮਾਨ ਦਿੱਤਾ ਅਤੇ ਜਿਹੜੀ ਆ ਨਾ ਜੀ ਲੋਕਤੰਤਰ ਉਹਦੀ ਥੋੜ੍ਹੀ ਜਿਹੀ ਮਰਿਆਦਾ 'ਚ ਰਹਿਣਗੇ। ਹਰ ਕਿਸੇ ਨੂੰ ਅਧਿਕਾਰ ਵੋਟ ਪਾਉਣ ਦਾ, BJP ਨੂੰ ਪਾਣੀ ਹੈ, ਕਿਸੇ ਨੇ ਕਾਂਗਰਸ ਵਾਲੀ ਨੂੰ ਪਾਏ। ਅਗਰ ਕਿਸੇ ਪਾਰਟੀ ਦੇ ਵਿਅਕਤੀ ਦੇ ਕੋਈ ਆਂਚ ਆਈ ਜਾਂ ਕਿਸੇ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਤਾਂ ਦਿਨੇਸ਼ ਬੱਬੂ ਸਭ ਤੋਂ ਪਹਿਲਾਂ ਅੱਗੇ ਖੜਾ ਹੋਏਗਾ ਗੱਪੀ ਔਰ ਗਲਤ ਫਹਿਮੀਆਂ ਰਹੇ ਜੋ ਜੋ ਇਹਨਾਂ ਦੇ ਕਾਰਨਾਮੇ ਪਿਛਲੇ 2-250 ਸਾਲ ਕਰਦਾ, ਇੱਕ ਪਤਾ ਵਾਰੀ ਇਹਨਾਂ ਦੀ ਵੀ ਆਉਣ ਵਾਲੀ ਬੜੀ ਜਲਦੀ ਕਰਦੇ।